ਲੱਖਾਂ ਰੁਪਏ ਲਗਾ ਕੇ ਮਸਾਂ ਬਚਾਇਆ ਸੀ ਨਸ਼ੇ ਦਾ ਆਦੀ ਪੁੱਤ, ਨਹੀਂ ਛੁੱਟੀ ਨਸ਼ੇ ਦੀ ਲੱਤ, ਹੁਣ 20 ਸਾਲਾਂ ਨੌਜਵਾਨ ਦੀ ਹੋ ਗਈ ਮੌਤ। ਪਰਿਵਾਰ ਨੇ ਲੱਖਾਂ ਰੁਪਏ ਲਗਾ ਕੇ ਮਸਾਂ ਆਪਣੇ ਪੁੱਤ ਦੀ ਜਾਨ ਬਚਾਈ ਸੀ, ਕਿਉਂਕਿ 20 ਸਾਲ ਦਾ ਇਹ ਨੌਜਵਾਨ ਨਸ਼ੇ ਦਾ ਆਦੀ ਸੀ। ਹਾਲਤ ਖਰਾਬ ਹੋਣ ਤੋਂ ਬਾਅਦ ਇਸ ਦਾ ਇਲਾਜ ਕਰਵਾਉਣ ਦੇ ਲਈ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਸੀ, ਜਿੱਥੇ ਲੱਖਾਂ ਰੁਪਏ ਲੱਗ ਜਾਂਦੇ ਨੇ। ਪਰ ਜਿਵੇਂ ਹੀ ਇਹ ਠੀਕ ਹੋ ਕੇ ਘਰ ਆਉਂਦਾ ਹੈ ਤਾਂ ਇਸਦੇ ਵੱਲੋਂ ਨਸ਼ਾ ਨਹੀਂ ਛੱਡਿਆ ਗਿਆ, ਜਿਸ ਕਰਕੇ ਇਸਦੀ ਮੌਤ ਹੋ ਗਈ। ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਨਸ਼ੇ ਦਾ ਆਦੀ ਸੀ, ਪ੍ਰਾਈਵੇਟ ਹਸਪਤਾਲ ਦੇ ਵਿੱਚ ਲੱਖਾਂ ਰੁਪਏ ਲਗਾ ਕੇ ਇਸ ਨੂੰ ਮਸਾਂ ਬਚਾਇਆ ਸੀ ਤੇ ਜਦੋਂ ਠੀਕ ਹੋ ਕੇ ਆਇਆ ਤਾਂ ਇਸਦੇ ਵੱਲੋਂ ਨਸ਼ਾ ਨਹੀਂ ਛੱਡਿਆ ਗਿਆ। ਤਾਂ ਅਸੀਂ ਸ਼ਹਿਰ ਗਏ ਹੋਏ ਸੀ ਤੇ ਕੁਝ ਸਮੇਂ ਬਾਅਦ ਆਏ ਤਾਂ ਇਸਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਇਹ ਤਸਵੀਰਾਂ ਉਸਦੇ ਘਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਸ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ, ਕਿਉਂਕਿ ਇਹ ਨਸ਼ੇ ਦਾ ਆਦੀ ਸੀ। ਲੱਖਾਂ ਰੁਪਏ ਲਾ ਕੇ ਇਸਦੀ ਜਾਨ ਬਚਾਈ ਗਈ ਸੀ, ਪਰ ਫਿਰ ਵੀ ਇਸਦੀ ਮੌਤ ਹੋ ਜਾਂਦੀ ਹੈ। ਹੋਇਆ ਬਸ ਇਵੇਂ ਹੈ ਜੀ, ਹੁਣ ਪਤਾ ਹੀ ਨਹੀਂ ਕੋਈ ਲੱਗਦਾ ਵੀ ਕੀ ਹੋਇਆ ਕੀ ਨਹੀਂ ਹੋਇਆ। ਨਸ਼ਾ ਹੀ ਕਰਦਾ ਸੀਗਾ ਜੀ। ਅੱਜ ਵੀ ਨਸ਼ਾ ਇਹ ਮਿਲਦਾ ਹੈਗਾ, ਇਹ ਖਤਮ ਹੋਣਾ ਚਾਹੀਦਾ। ਹਾਂਜੀ ਹਾਂਜੀ, ਇਹ ਖਤਮ ਹੋਣਾ ਚਾਹੀਦਾ। ਬੜੇ ਬੰਦੇ ਮਰੀ ਜਾਂਦੇ ਆ ਜੀ, ਇਹ ਖਾ ਖਾ ਚਿੱਟਾ ਲਾ ਲਾ ਕੇ ਤੇ ਗੋਲੀਆਂ ਖਾ ਖਾ ਕੇ। ਤੁਹਾਡੇ ਘਰ ਇਹ ਬੇਟਾ ਇਕੱਲਾ ਸੀਗਾ ਕਿ ਕਿੰਨੇ ਕਿੰਨੇ ਜੀ ਸੀਗੇ? ਨਹੀਂ, ਦੋ ਅਸੀਂ ਵੀ ਦੋ ਭਰਾ ਸੀ, ਇੱਕ ਭੈਣ ਸੀ। ਹਾਂ, ਇੱਕ ਦੀ ਡੈਥ ਹੋ ਗਈ। ਹਾਂਜੀ, ਬੜਾ ਔਖਾ ਹੋ ਜਾਂਦਾ ਪਰਿਵਾਰ ਨੂੰ। ਹਾਂਜੀ, ਐਵੇਂ ਹੀ ਹੈ ਜੀ, ਹੁਣ ਕੀ ਕਰੀਏ ਦੱਸੋ। ਕੀ ਨਾਮ ਸੀ ਇਹਦਾ ਪੂਰਾ? ਹਰਪ੍ਰੀਤ ਜੀ। ਕਦੋਂ ਸ਼ਾਦੀ ਹੋਈ ਸੀ ਇਸਦੀ? ਕਿੰਨੇ ਸਾਲ? ਦੋ ਸਾਲ ਹੀ ਹੋਏ ਜੀ। ਇੱਕ ਛੋਟਾ ਬੱਚਾ ਵੀ ਹੈਗਾ ਜੀ। ਤੁਹਾਡਾ ਕੀ ਨਾਮ ਹੈ? ਗੁਰਮੀਤ ਸਿੰਘ ਜੀ। ਇਹਦੂ ਪਹਿਲਾਂ ਹੀ ਦਾਖਲ ਰੱਖਿਆ ਸੀ ਅਸੀਂ ਬਠਿੰਡੇ, 3 ਮਹੀਨੇ 'ਚ 3.5 ਹੋ ਗਏ ਨੇ, ਜੇ 4 ਹੀ ਹੋ ਗਿਆ ਬੰਦੇ। ਉੱਥੇ ਰੱਖਾ ਸੀ ਦਾਖਲ, 4-5 ਲੱਖ ਰੁਪਏ ਉਹਨਾਂ ਕਿਹਾ ਵੀ ਨਸ਼ਾ ਨੇ ਬਹੁਤ ਕੀਤਾ, ਅੰਤਲੀਆਂ ਫਟੀਆਂ ਨੇ, ਅੰਤਲੀ ਫੜ ਗਈ, ਤਿਲੀ ਫੜ ਗਈ, ਪੈਸੇ ਪੂਸੇ ਕਾਫੀ ਲੱਗੇ ਨੇ। ਪ੍ਰਾਈਵੇਟ ਰੱਖਿਆ ਸੀ ਅਤੇ ਠੀਕ ਹੋ ਗਿਆ ਬਿਲਕੁਲ। ਮੈਂ ਕਿਹਾ ਤਗੜਾ ਹੋ ਗਿਆ ਜੀ ਹੁਣ ਤੋਂ। ਪਹਿਲਾਂ ਉਹਨਾਂ ਡਾਕਟਰ ਕਿਹਾ ਬਚ ਨਹੀਂ ਸਕਦਾ, ਵੀ 5% ਬਚਣ ਦੀ ਨੀਅਤ, ਪਰ ਬਚ ਗਿਆ। ਉਹ ਤੋਂ ਬਾਅਦ ਠੀਕ ਹੁਣ ਤੁਰ ਗਿਆ, ਕਦੀ ਹੁਣ ਇੱਥੋਂ ਇਹ ਤੁਰ ਜਾਂਦਾ, ਕਦੀ ਤੁਰ ਜਾਂਦਾ ਸੀ। ਅਸੀਂ ਬਚਾਉਂਦੇ ਨੇ ਬਾਅਦ 'ਚ ਕਿਸ ਕੰਮ ਤੋਂ, ਫਿਰ ਲੱਗਿਆ। ਮੈਂ ਤੂੰ ਸੁੱਕਦਾ ਹੀ ਜਾਂਦਾ, ਫਿਰ ਜਦੋਂ ਸੁੱਕਣ ਕਰਦੇ ਕੱਲ੍ਹ ਗੁੱਸੇ ਗੱਸੇ ਹੋਏ ਹਾਂ ਇਹਦੇ ਨਾਲ, ਵੀ ਕੀ ਗੱਲ ਸੁੱਕਦਾ ਕਿਉਂ ਜਾਂਦਾ ਸੀ, ਵੀ ਕੋਈ ਚੀਜ਼ ਖਾਂਦਾ ਸੀ ਤੂੰ? ਹੁਣ ਇਹ ਨਹੀਂ ਪਤਾ ਗੋਲੀ ਖਾਂਦਾ ਸੀ, ਸਿੱਕਾ ਖਾਂਦਾ, ਕੀ ਖਾਂਦਾ ਸੀ, ਇਸ ਵਾਰ ਸਾਨੂੰ ਨਹੀਂ ਪਤਾ। ਕੱਲ੍ਹ ਕਹਿੰਦਾ ਮੈਨੂੰ ਥੋੜ੍ਹੇ ਸਾਹ ਖਾਂਦਾ ਪਿਆ, ਆਪਣੇ ਇੱਥੇ ਡਾਕਟਰ ਹੈਗਾ ਚਲਵਾ ਦਾ ਘਰ ਦਾ ਹੀ। ਅਸੀਂ ਆਖਿਆ ਚੱਲ ਇਲਾਜ ਕਰਾਈਏ, ਛੋਰੀਆਂ ਨੇ ਤੈਨੂੰ ਗੋਲੀ ਵੀ ਨਹੀਂ ਦੇਣੀ। ਮੈਂ ਆਖਦੇ ਇਹਨੂੰ ਸੇਵੀਆਂ ਖਵਾਓ, ਇਹਨੂੰ ਬਣਾ ਦੇ, ਖਵਾ ਗਿਆ, ਸਾਰਾ ਕੁਛ ਖਾਧਾ ਸੀ, ਸਾਰਾ ਕੁਛ ਖਾਧਾ ਸੀ, ਖਾ ਤੇ ਜੀ ਚੰਗਾ ਬੜਾ ਸੀ। ਡਾਕਟਰਾਂ ਦਾ ਵੈਸੇ ਹੈਗਾ ਤਾਂ ਮੁਸ਼ਕਲ ਹੀ ਹੈ, ਉਹਦਾ ਰਾਤ ਕੱਢ ਗਿਆ ਸਵੇਰੇ ਤੱਕ ਵੇਖੀ ਜੇ ਜੀ, ਬਾਕੀ ਡਾਕਟਰਾਂ ਦਾ ਠੀਕ ਹੈ। ਅਤੇ 1 ਵਜੇ ਸਾਹ ਦਿੱਤੇ ਸੀ, ਅਸੀਂ ਸ਼ਹਿਰ ਹੀ ਗਏ ਸੀ। ਅੱਛਾ, ਪਤਾ ਨਹੀਂ ਲੱਗਾ ਇਹਨੇ ਕੀ ਬੋਲੇ, ਇਹ ਨਹੀਂ ਪਤਾ ਲੱਗਾ ਵੀ ਖਾਧਾ ਕੀ ਸੀ। ਇਹ ਨਸ਼ਾ ਕਿੰਨਾ ਨੌਜਵਾਨਾਂ ਦੀ ਜ਼ਿੰਦਗੀ ਲੈ ਰਿਹਾ? ਬਹੁਤ ਹੀ ਨੌਜਵਾਨਾਂ ਨੂੰ ਗੁੱਲ ਕਰ ਰਿਹਾ, ਮਾਵਾਂ ਦੇ ਪੁੱਤ ਨਸ਼ੇ ਦੀ ਕਾਢ ਜਿਹੜਾ ਚੜ ਜਾਂਦਾ ਹੈ, ਪਿੱਛਾ ਹੀ ਨਹੀਂ ਮੁੜਦਾ ਜੀ। ਪਰਿਵਾਰ ਦੇ ਵਿੱਚ ਕੌਣ ਕੌਣ ਸੀ? ਪਰਿਵਾਰ ਦੇ ਮੰਮੀ ਹੈ, ਇੱਕ ਦੋ
ਉਹ ਜੋ ਨੂੰ ਕੱਲ੍ਹ ਹੱਡੀਆਂ ਦੀ ਮੈਨੂੰ ਡੈਡੀ ਵੱਖਰਾ ਕਰ ਦੇ ਤੂੰ ਮੇਰਾ ਪਿਓ ਨਹੀਂ ਮੈਂ ਕਿੰਨੇ ਨਾਲ ਆਉਂਦੀ ਮੈਂ ਹੁਣ ਮੈਂ ਵੇਖ ਲਿਆ ਫਿਰ ਇਹਨੂੰ ਅੱਖੀ ਮੈਂ ਇੱਕ ਵਾਰੀ ਪੁੱਤਰ ਤੁਰਿਆ ਕੋਈ ਗੱਲ ਨਹੀਂ ਆਪਾਂ ਇੱਧਰ ਲਾ ਛੋਟਾ ਜਿਹਾ ਬੱਚਾ ਜੀ ਇਹ ਆ ਮੇਰਾ ਸਾਂਢੂ ਦਾ ਮੁੰਡਾ ਹੈ ਇੱਥੇ ਆਪਣੇ ਕੋਲ ਰਹਿ ਰਿਹਾ ਸੀ ਇੱਥੇ ਆਪਣੇ ਕੋਲ ਸੀ ਇਹ ਹੁਣ ਹੀ ਆਏ ਦੋ ਸਾਰੇ ਬੇਟੇ ਵਰਗਾ ਹੀ ਸੀ ਜੀ ਕੋਈ ਫਰਕ ਨਹੀਂ ਸਾਡਾ।